ਜੀਰੋ ਤੇਰਾਂ ਦੀ ਗੱਲ ਕੀਤੀ। ਉਹ ਕੋਈ ਬੰਦਾ ਨਾਈ ਦੀ ਦੁਕਾਨ ਤੇ ਗਿਆ ਸੀਗਾ ਤੇ ਉਹ ਨਾਈ ਨੂੰ ਕਹਿੰਦਾ ਵਾਲ ਕਿੱਡੇ ਕਿੱਡੇ ਗਿਆ, ਕਹਿੰਦਾ ਜਵਾਨਾ ਤੇਰੇ ਸਾਹਮਣੇ ਗਿਰਨੇ ਆ। ਇਹਦੇ ਚਾਰ ਨੂੰ ਪਤਾ ਲੱਗੂ, ਠੀਕ ਹੈ ਨਾ, ਕੌਣ ਕਿੰਨੇ ਪਾਣੀ ਚ ਹੈ। ਅਸੀਂ ਤੇਰਾਂ ਜੀਰੋ ਕਰਕੇ ਦਿਖਾਵਾਂਗੇ, ਜੀਰੋ ਤੇਰਾ ਤੇਰਾਂ ਜੀਰੋ ਕਰਕੇ ਦਿਖਾਵਾਂਗੇ, ਤੇਰਾਂ ਕਾਂਗਰਸ ਪਾਰਟੀ ਨੂੰ ਤੀਰ ਉਹਨਾਂ ਨੂੰ ਹੋਏਗੀ। ਦੂਜੀ ਗੱਲ, ਚੰਦੂ ਮਹਾਰਾਜ ਸਾਹਿਬ ਕੱਲ ਜਿਹੜਾ ਰੋਡ ਸ਼ੋਅ ਹੋਇਆ, ਮੈਂ ਰੋਡ ਸ਼ੋਅ ਦੇਖਿਆ, ਉਹਨੂੰ ਪੁੱਛੋ ਮੋਹਾਲੀ ਦੇ ਕਿੰਨੇ ਲੋਕ ਸੀ ਉਹਦੇ ਵਿੱਚ, ਜਾਂ ਆਨੰਦਪੁਰ ਸਾਹਿਬ ਕੌਂਸਲ ਦੇ ਲੋਕ ਕਿੰਨੇ ਸੀ ਉਸ ਰੋਡ ਸ਼ੋਅ ਦੇ ਵਿੱਚ। ਮੈਂ ਸਾਰੇ ਪੰਜਾਬ ਦੇ ਬੰਦੇ ਇਕੱਠੇ ਕਰਕੇ ਮੈਂ ਇੱਥੇ ਮੋਹਾਲੀ ਜਾ ਕੇ ਇੱਕ ਰੋਡ ਸ਼ੋਅ ਕਰਦੇ ਹਾਂ, ਉਹ ਤਾਂ ਉਹਦਾ ਕੋਈ ਮਨ ਨਹੀਂ ਰੱਖਦਾ। ਪਰ ਅੱਜ ਤੁਸੀਂ ਇਹ ਦੇਖੋ ਜਿੰਨੀ ਸੰਗਤ ਆਈ, ਹਾਲੇ ਤਾਂ ਅੱਧਾ ਘੰਟਾ ਤੱਕ ਹੋਰ ਲੋਕ ਆਉਣੇ ਆ, ਇੱਕ ਬੰਦਾ ਪੁੱਛੋ ਕੋਈ ਬਾਹਰਲੇ ਹਲਕੇ ਤੋਂ ਹੋਵੇ, ਮੋਹਾਲੀ ਤੋਂ ਬਿਨਾਂ ਖੈੜ ਤੋਂ ਵੀ ਹੋਵੇ, ਇੱਕ ਬੰਦਾ ਜੀਰਕਪੁਰ ਤੋਂ ਇੱਕ ਬੰਦਾ ਹੋਵੇ, ਟੋਟਲ ਸੰਗਤ ਜਿਹੜੀ ਉਹ ਮੋਹਾਲੀ ਹਲਕੇ ਦੀ, ਮੋਹਾਲੀ ਸ਼ਹਿਰ ਤੇ ਮੋਹਾਲੀ ਪਿੰਡਾਂ ਦੀ ਆ। ਔਰ ਜੇ ਹਜ਼ਾਰ ਬੰਦੇ ਤੋਂ ਘੱਟ ਜਾਓ ਦੇਖ ਲਿਓ ਕਿ ਅਸੀਂ ਹਾਲੇ ਉਹਦੇ ਬਾਈ ਇੱਕ ਗੱਡੀ ਲੈ ਕੇ ਆਇਓ, ਦੋ ਨਹੀਂ ਲੈ ਕੇ ਆਉਣੀ ਆ। ਸੋ ਇਸ ਕਰਕੇ ਜਿਹੜਾ ਇਹ ਤਾਂ ਤੁਹਾਨੂੰ ਪਤਾ ਲੱਗ ਜੂਗਾ ਵੀ ਰੋਡ ਸ਼ੋਅ ਕਿਹਦਾ ਵੱਡਾ ਹੈ ਜਾਂ ਕਿਹਦੇ ਲੋਕ ਨੇ, ਵੋਟਾਂ ਤਾਂ ਲੋਕਲ ਲੋਕਾਂ ਨੇ ਪਾਉਣੀਆਂ ਨੇ, ਰੋਡ ਸ਼ੋਅ ਵਾਲੇ ਨੇ ਨਹੀਂ ਪਾਉਣੀਆਂ। ਅੱਜ ਨਾ ਤਾਂ ਕੋਈ ਰੋਡ ਸ਼ੋਅ ਆ ਇਹ, ਨਾ ਕੋਈ ਅਸੀਂ ਆਪਣੀ ਉੱਥੇ ਕੋਈ ਵੱਡੀ ਚੰਦ ਕਰ, ਅੱਜ ਤਾਂ ਹੱਥ ਜੋੜ ਕੇ ਮਹਾਰਾਜ ਅਸ਼ੀਰਵਾਦ ਲੈਣ ਚੱਲੇ ਹਾਂ ਉੱਥੇ ਅਰਦਾਸ ਕਰਨ ਦੀ ਪਾਤਸ਼ਾਹ, ਨਿਰਵਿਘਨ ਇਲੈਕਸ਼ਨ ਹੋਵੇ ਔਰ ਸਾਡੀ ਸਫਲਤਾ ਜੋ ਅਸੀਂ ਕੰਮ ਕੀਤੇ ਨੇ ਜਾਂ ਜੋ ਪੰਜਾਬ ਦੀ ਤਰੱਕੀ ਹੋਈ ਆ, ਜੋ ਤੱਕ ਸਾਡੀ ਸੋਚ ਹੈ ਉਹਨੂੰ ਸਾਨੂੰ ਪੂਰਾ ਕਰਨ ਦੇ ਸਮਰੱਥ ਬਣਾਓ, ਇਹ ਸਾਡੀ ਉੱਥੇ ਅਸੀਂ ਅਰਦਾਸ ਹੋਈ। ਇਸ ਕੰਸਟੀਚੁਐਂਸੀ ਦੇ ਵਿੱਚ ਤੁਸੀਂ ਜੋ ਵਿਕਾਸ ਕਾਰਿਆ ਕਰਨੇ ਤੇ ਪ੍ਰਮੁੱਖਤਾ ਦੇ ਕਿਹੜਾ ਇਹੋ ਜਿਹਾ ਕਾਰਿਆ ਜੋ ਤੁਸੀਂ ਕਰੋਗੇ? ਦੇਖੋ ਇੱਦਾਂ ਹੈ ਕਿ ਜਿਹੜਾ ਮੋਹਾਲੀ ਇੱਕ, ਜਿਵੇਂ ਸੇਲਾ ਸਾਹਿਬ ਨੇ ਕਿਹਾ ਵੀ ਬਹੁਤ ਇਸ ਵੇਲੇ ਅਪਡੇਟ ਸਿਟੀ ਹੈ, ਪੂਰੇ ਵਾਰਡ 'ਚ ਇਹਦੇ ਨਾਂ ਹੈ, ਇੱਕ ਮੈਟਰੋ ਸਿਟੀ ਦੇ ਨਾਂ 'ਤੇ ਆ, ਉੱਭਰ ਰਿਹਾ ਔਰ ਜਿੰਨੀ ਇੱਥੇ ਡਿਵੈਲਪਮੈਂਟ ਹੋ ਸਕਦੀ ਹੈ, ਸ਼ਹਿਰ ਹੋਵੇ ਸਿਟੀ ਨਾ ਹੋਵੇ। ਚੰਡੀਗੜ੍ਹ ਵੀ ਇੱਕ ਤਰ੍ਹਾਂ ਬੰਦ ਹੋ ਗਿਆ ਚਾਰ ਸਵੇਰ ਤੋਂ, ਗੁੜਗਾਓਂ ਤੋਂ ਬਾਅਦ ਜੇ ਕੋਈ ਜਾਂ ਬੰਗਲੌਰ ਤੋਂ ਬਾਅਦ ਕੋਈ ਵੱਡਾ ਸ਼ਹਿਰ ਡਿਵੈਲਪ ਹੋ ਰਿਹਾ ਤਾਂ ਉਹ ਮੋਹਾਲੀ ਹੋ ਰਿਹਾ। ਔਰ ਦੁਨੀਆਂ ਦਾ ਕੋਈ ਐਸਾ ਬੰਦਾ ਜਿਹੜਾ ਇਹਦੇ ਅੰਦਰ ਮੋਹਾਲੀ ਘਰ ਨਾ ਹੋਵੇ ਜਾਂ ਮੇਰਾ ਮੋਹਾਲੀ ਕੋਈ ਕਾਰੋਬਾਰ ਨਾ ਹੋਵੇ। ਅੱਜ ਸਾਡੀ ਮੋਹਾਲੀ ਜਿਹੜੀ ਆਈ ਟੀ ਇੰਡਸਟਰੀ ਹੈ, ਬਹੁਤ ਸਾਰੇ ਐਸੇ ਪ੍ਰੋਜੈਕਟ ਨੇ ਜਿਹੜੇ ਕੰਮ ਇੱਥੇ ਬੈਠੇ ਕਰਦੇ ਨੇ ਪਰ ਉਹਦਾ ਜਿਹੜਾ ਫਲ ਅਮਰੀਕਾ ਜਾ ਕੇ ਮਿਲਦਾ। 500-600 ਬੱਚਾ ਆਈ ਟੀ ਇੰਡਸਟਰੀ ਦੇ ਬੈਠਾ, ਰਾਤ ਦਿਨ ਕੰਮ ਕਰ 24 ਘੰਟੇ ਚੱਲਦੀਆਂ ਨੇ ਤੇ ਜਦੋਂ ਆਉਣ ਵਾਲੇ ਸਮੇਂ ਇੰਟਰਨੈਸ਼ਨਲ ਫਲਾਈਟ ਸਟਾਰਟ ਹੋ ਗਈਆਂ, ਇਹ ਸਾਡੀ ਪਹਿਲਾ ਮੁੱਦਾ ਹੋਊ ਕਿ ਹਰ ਕੰਟਰੀ ਨੂੰ, USA ਨੂੰ, ਕੈਨੇਡਾ ਨੂੰ, UK ਨੂੰ, ਜਿਹੜੇ ਸਾਡੇ ਇਹ ਆਪਣੇ ਸਿੰਗਾਪੁਰ ਵਗੈਰਾ ਨੇ ਜਾਂ ਅਰਬ ਕੰਟਰੀ ਚੱਲ ਰਹੀਆਂ ਨੇ ਵੀ ਹਰ ਤਰ੍ਹਾਂ ਫਲਾਈਟ ਹੋਵੇ ਤੇ ਇੱਥੇ ਇੱਕ ਵੱਡੇ ਵੱਡੇ ਕਾਨਫਰੰਸ ਹਾਲ ਹੋਣ ਕਿ ਲੋਕ ਜਿਹੜੇ ਆਪਣੇ ਸਬਮਿਟ ਕਰਦੇ ਨੇ ਬਾਹਰੋਂ ਆ ਕੇ ਕਰਦੇ ਨੇ ਉਹ ਬੰਬੇ ਦੀ ਬਜਾਏ ਚੰਡੀ ਦਿੱਲੀ ਦੀ ਬਜਾਏ ਸਾਡੇ ਸ਼ਹਿਰ ਜਾ ਕੇ ਕਰਨ, ਤਾਂ ਉਹਦੇ ਨਾਲ ਸਾਡੇ ਇਲਾਕੇ 'ਚ ਬਹੁਤ ਖੁਸ਼ਹਾਲੀ ਆਉਣ। ਤੇ ਇਸ ਕਰਕੇ ਅੱਜ ਦੇਖੋ ਮੈਡੀਕਲ ਕਾਲਜ ਬਣ ਗਿਆ ਮੋਹਾਲੀ 'ਚ, ਅਸੀਂ 3-4 ਕਾਲਜ ਹੋਰ ਬਣਾਉਣ ਦੀ ਪ੍ਰਪੋਜ਼ਲ ਹੈਗੀ ਹੈ। ਬਾਕੀ ਇਲਾਕੇ ਦੇ ਲੋਕਾਂ ਦੇ ਇਸ ਵੇਲੇ ਹਾਲਾਤ ਜੋ ਨੇ, ਚੰਡੀਗੜ੍ਹ ਨੂੰ ਬੈਟਰ ਸਾਡਾ ਸਾਰੀਆਂ ਫੈਸਿਲਿਟੀਆਂ ਮੋਹਾਲੀ ਦੇ ਵਿੱਚ ਜਾ ਰਹੇ ਹਨ। ਮੋਹਾਲੀ 'ਚ ਇਸ ਵੇਲੇ 50 MT ਪਾਣੀ ਦੀ ਸੁਵਿਧਾ ਹੈਗੀ ਹੈ ਔਰ ਜਿਹੜਾ ਉਹ ਪਲਾਂਟ ਲਾਇਆ ਅਸੀਂ, ਟ੍ਰੀਟਮੈਂਟ ਪਲਾਂਟ ਲਾਇਆ, ਉਹ ਜਾਣੀ ਕਿ ਜਿਹੜਾ ਏਸ਼ੀਆ ਦਾ ਸੈਕਿੰਡ ਪਲਾਂਟ ਹੈ, ਜਿਹੜਾ ਸੀਵਰੇਜ ਟ੍ਰੀਟਮੈਂਟ ਪਲਾਂਟ ਲਾਇਆ ਉਹ ਏਸ਼ੀਆ ਦਾ ਪਹਿਲਾ ਪਲਾਂਟ ਹੈ ਕਿ ਹਰ ਚੀਜ਼ ਜਿਹੜੀ ਅਸੀਂ ਮੋਹਾਲੀ ਸ਼ਹਿਰ ਨੂੰ ਲੈਸ ਕਰ ਰਹੇ ਹਾਂ ਕਿ ਚੰਡੀਗੜ੍ਹ ਨੂੰ ਬੈਟਰ ਦੀ ਸੁਵਿਧਾ ਹੋਵੇ ਔਰ ਦੁਨੀਆਂ 'ਚ ਜੋ ਲੋਕ ਇੱਥੇ ਇਨਵੈਸਟਮੈਂਟ ਕਰਨ, ਸਾਡੇ ਬੱਚਿਆਂ ਨੂੰ ਰੁਜ਼ਗਾਰ ਮਿਲੇ। ਸੁੱਖੂ ਸਾਹਿਬ, ਜਦੋਂ ਤੁਸੀਂ MLA ਸੀਗੇ ਤਾਂ ਕਿਤੇ ਨਾ ਕਿਤੇ ਮੋਹਾਲੀ ਦੇ ਵਿੱਚ ਨੀਂਹ ਪੱਥਰ ਰੱਖੇ ਗਏ ਸੀਗੇ ਨਵਾਂ ਬੱਸ ਸਟੈਂਡ ਬਣਾਉਣ ਦੀ ਗੱਲ। ਮੈਂ ਤੁਹਾਨੂੰ ਇਹੀ ਗੱਲ ਕਰਦਾ ਵੀ ਦੇਖੋ ਤੁਸੀਂ ਦੱਸੋ ਪਰ ਉਹ ਹਜੇ ਤੱਕ ਦੂਰੇ ਨੇ। ਸੁਣੋ, ਪਹਿਲੀ ਗੱਲ ਤਾਂ ਬੱਸ ਸਟੈਂਡ ਅਸੀਂ 77 ਸੈਕਟਰ 77 ਦੇ ਵਿੱਚ ਨੀਂਹ ਪੱਥਰ ਰੱਖਿਆ, 7 ਕਿੱਲੇ ਜ਼ਮੀਨ ਟ੍ਰਾਂਸਫਰ ਕਰਾਈ ਸੀ ਟ੍ਰਾਂਸਪੋਰਟ ਮਾਜ ਉਹਦੇ ਨਾਂ ਤੇ। ਉਸ ਤੋਂ ਬਾਅਦ ਅਸੀਂ ਭਗਤ ਆਸਰਾਮ ਬੈਦਵਾ ਸਾਡੇ ਇਸ ਇਲਾਕੇ ਦਾ ਬਹੁਤ ਵੱਡਾ ਕਵੀ ਹੋਇਆ 1945 ਤੋਂ ਪਹਿਲਾਂ, ਕਦੋਂ ਉਹਨਾਂ ਨੂੰ ਫੌਤ ਹੋ ਗਏ ਸੀਗੇ, ਉਹਦੇ ਨਾਂ ਦੇ ਆਡੀਟੋਰੀਅਮ ਟੈਗੋਰ ਥੀਏਟਰ ਦੀ ਤਰਜ਼ ਤੇ 15 ਕਰੋੜ ਲਾਗਤ ਨਾਲ 2.25 ਕਿੱਲੇ ਜ਼ਮੀਨ ਉਹਦੇ ਨਾਲ ਕਰਵਾਈ। ਬਿਲਕੁਲ। ਔਰ ਉਸ ਤੋਂ ਬਾਅਦ ਫਿਰ ਅਸੀਂ ਇੱਕ ਹੌਸਪੀਟਲ ਸੈਕਟਰ 66 ਦੇ ਵਿੱਚ ਮਜ਼ਦੂਰ ਕੀਤਾ। ਉਸ ਤੋਂ ਬਾਅਦ ਅਸੀਂ ਫਿਰ ਜਿੰਨਾ ਫਾਇਰ ਬ੍ਰਿਗੇਡ ਬਣਾਏ, ਹੋਰ ਬਣਾਏ, ਕਿੰਨੇ ਜਿਹੜੇ ਪ੍ਰੋਜੈਕਟ ਸੀ ਜਿਹੜੇ ਕਿ ਅਸੀਂ ਨਰਸਿੰਗ ਕਾਲਜ ਮਨਜ਼ੂਰ ਕੀਤਾ, ਉਹਦੀ ਵਗੈਰਾ ਨੀਂਹ ਪੱਥਰ ਵੀ ਰੱਖਿਆ, ਜ਼ਮੀਨ ਟ੍ਰਾਂਸਫਰ ਕਰਾਈ ਉਹਦੇ ਨਾਂ ਤੇ। ਤੇ ਜਿਹੜਾ ਇੱਧਰਲੇ ਪਾਸੇ ਮੈਡੀਕਲ ਕਾਲਜ ਵਾਲੇ ਸਲਮ ਏਰੀਆ ਉਹਨੂੰ ਪੂਰਾ ਡਿਵੈਲਪ ਕਰਨ ਵਾਸਤੇ ਬਣਾਈ,
10 ਕਰੋੜ ਦੀ ਲਾਗਤ ਹੈ ਕਰੋੜ ਵਾਲੀ ਜਿਹੜੇ ਥੋੜ੍ਹਾ ਦੇਖੇ ਦੇਖੇ ਹੋਣੀ ਕਿ ਵੀ ਇਹ ਸ਼ਹਿਰ ਦੇ ਵਿੱਚ ਅਸੀਂ ਕਹਿੰਦੇ ਮੈਡੀਕਲ ਕਾਲਜ ਵੀ ਹੋਵੇ, ਨਰਸਿੰਗ ਕਾਲਜ ਵੀ ਹੋਵੇ, ਫਾਰਮੇਸੀ ਵੀ ਹੋਵੇ, ਔਰ ਉਸ ਤੋਂ ਬਾਅਦ ਜਿਹੜਾ ਆਯੁਰਵੈਦਿਕ ਵੀ ਹੋਵੇ ਔਰ ਹੋਮਿਓਪੈਥੀ ਕਾਲਜ ਵੀ ਹੋਵੇ, ਸਾਰੀਆਂ ਸੁਵਿਧਾਵਾਂ ਅਸੀਂ ਸਿੰਗਲ ਵਿੰਡੋ ਦੇਣੀਆਂ ਚਾਹੁੰਦੇ ਸੀ। ਹੁਣ ਤੁਸੀਂ ਮੰਨੋਗੇ ਕਿ ਜਿਹੜੀ ਅਸੀਂ ਇੱਥੇ ਇੱਕ ਲੈਬ ਲਾਈ ਹੈ, ਤੁਸੀਂ ਦੇਖੇ ਗਏ ਉੱਥੇ ਕਦੇ ਕਿ 26 ਲੈਬ ਮਨਜ਼ੂਰ ਕੀਤੀਆਂ ਸੀਗੀਆਂ। ਸਭ ਤੋਂ ਪਹਿਲਾਂ ਪਹਿਲਾ ਪ੍ਰੋਜੈਕਟ ਮੋਹਾਲੀ 'ਚ ਲਾਇਆ ਸੀ ਔਰ ਉਹ ਤਕਰੀਬਨ 80 ਕਰੋੜ ਦੇ ਲਾਗੇ ਸਾਹਿਬ ਜਿਹੜੀ ਆ ਉਹ ਪ੍ਰੋਜੈਕਟ ਪੂਰੇ ਪੰਜਾਬ ਦਾ। ਅੱਜ ਉਹ ਸਾਰੀਆਂ ਕੰਮ ਕਰ ਰਹੀਆਂ ਨੇ, ਜਿਹੜਾ ਬਾਹਰ MRI 12,500 ਹੋ ਰਹੀ ਆ ਉਹ ਸਿਰਫ 1200 ਰੁਪਏ ਹੋ ਰਹੀ ਆ। ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਜਿਹੜੀ ਸਰਕਾਰ ਆ ਅਸੀਂ ਪੈਸੇ ਮਨਜ਼ੂਰ ਕੀਤੇ, ਹੁਣ ਦੇਖੋ ਸਾਡੀ ਸਰਕਾਰ ਚਲੇ ਗਈ, ਅਸੀਂ ਕਰਦੇ। ਜੇ ਆਪਣਾ ਕੋਲ ਕੋਈ ਸੋਚ ਹੈਗੀ ਆ ਜਾਂ ਵਿਜ਼ਨ ਹੈਗਾ ਤਾਂ ਉਹਨੂੰ ਕੰਪਲੀਟ ਕਿਉਂ ਨਹੀਂ ਕੀਤਾ? ਅਸੀਂ ਤਾਂ ਇਹ ਸੋਚ ਲੈ ਵੀ ਪਹਿਲਾਂ ਸੈਕਟਰ 70 ਦਾ ਬੱਸ ਸਟੈਂਡ ਉਸ ਰੋਡ ਦੇ ਉੱਤੇ, ਉਸੇ ਰੋਡ ਦੇ ਵਿੱਚ 43 ਦਾ ਉਸ ਰੋਜ਼ ਹੀ ਬਹਾਜ ਦਾ ਬੱਸ ਸਟੈਂਡ ਹੈਗਾ ਔਰ ਬਾਹਰਲੇ ਏਅਰਪੋਰਟ ਰੋਡ ਦੇ ਉੱਤੇ ਸੀ ਔਰ ਪਟਿਆਲੇ ਜਾਣਾ ਪਟਿਆਲੇ ਬੱਸ ਸੁਵਿਧਾ ਸੀ, ਲੁਧਿਆਣੇ ਜਾਣਾ ਜਲੰਧਰ ਜਾਣਾ ਉਹਨਾਂ ਬੱਸ ਸੁਵਿਧਾ ਸੀ। ਲੇਕਿਨ ਇਹਨਾਂ ਨੇ ਨਹੀਂ ਸਿਰੇ ਲਾਇਆ ਸਾਡਾ ਇੱਕ ਸੁਰੱਖ ਗੱਲ ਅਸੀਂ ਤਾਂ ਕਰਤਾ, ਜ਼ਮੀਨ ਦੇਤੀ, ਸਭ ਕੁਝ ਕਰਤਾ, ਨਹੀਂ ਪਤਾ ਰੱਖਤਾ, ਪੈਸੇ ਮਨਜ਼ੂਰ ਕਰਾਤੇ, ਪਰ ਕਰਾਂ ਸਰਕਾਰ ਨੇ ਸੀ ਨਾ। ਦੇਖੋ ਗੱਲ ਢੰਗ ਨਹੀਂ ਡਾਈ, ਇਹਨਾਂ ਕੋਲ ਸੋਚ ਹੀ ਹੈ ਨੀ, ਇਹ ਕਰਨੇ ਨੀ ਚਾਹੁੰਦੇ। ਇਹਨਾਂ ਨੇ ਉਲਟਾ ਸਾਡਾ ਮੈਡੀਕਲ ਕਾਲਜ ਨੂੰ ਇੱਕ ਤਰ੍ਹਾਂ ਬੰਦ ਕਰਦੇ ਹਾਲਾਤ ਬਣਾਤੇ ਸੀਗੇ, ਲੇਕਿਨ ਉਹਦਾ ਕੁਦਰਤੀ ਉਹ ਸੋਸਾਇਟੀ ਸੀਗੀ, ਸੈਂਟਰ ਤੋਂ ਪੈਸਾ ਆਉਣਾ ਸ਼ੁਰੂ ਹੋ ਗਿਆ ਤਾਂ ਸਾਡਾ ਕਾਲਜ ਚੱਲ ਰਿਹਾ।